ਸਤਿ ਸ਼੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਮਿਸਟਰ 56 ਬਲੌਗਸ ਦੇ ਵਿੱਚ ਤੇ ਅੱਜ ਆਪਾਂ ਕਰਾਂਗੇ ਸੈਰ ਇੰਡੀਆ ਦੇ ਮੋਸਟ ਹਾੰਟਡ ਪਲੇਸਸ ਦੇ ਵਿੱਚੋਂ ਇੱਕ ਡਕਸ਼ਾਈ ਦੀ ਜਦੋਂ ਤੁਸੀਂ ਗੂਗਲ ਤੇ ਸਰਚ ਕਰਦੇ ਹੋ ਤਾਂ ਇੰਡੀਆਜ਼ ਮੋਸਟ ਜਿਹੜੇ ਹਾੰਟਡ ਪਲੇਸਸ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਗੂਗਲ ਸ਼ੋਅ ਕਰਦਾ ਹੈ ਉਹ ਹੈ ਡਕਸ਼ਾਈ ਤੇ ਅੱਪਾ ਤੁਹਾਨੂੰ ਦਿਖਾਉਨੇ ਆ ਡਗਸ਼ਈ ਦਾ ਗਰੇਵਿਆਰਡ ਜਿਹੜਾ ਕਿ ਇੱਥੇ ਦਾ ਮੋਸਟ ਹਾੰਟਡ ਪਲੇਸ ਹੈ ਇਹ ਗਰੇਵਿਆਰਡ ਤਕਰੀਬਨ 1845 ਦਾ ਬਣਿਆ ਹੋਇਆ ਹੈ ਤੇ ਹੁਣ ਜਿਹੜੀ ਮਦਰਾਸ ਰੈਜੀਮੈਂਟ ਹੈ ਉਹ ਦੀ ਦੇਖਰੇਖ ਕਰਦੀ ਹੈ ਇਹਦਾ ਜਿਹੜਾ ਮੇਨ ਗੇਟ ਹੈ ਉਹ ਅਕਸਰ ਬੰਦ ਰਹਿੰਦਾ ਹੈ ਤੇ ਜੇ ਤੁਸੀਂ ਗਰੇਵਿਆਰਡ ਦੇਖਣਾ ਚਾਹੋ ਤਾਂ ਸਾਈਡ ਤੇ ਇੱਕ ਰਸਤਾ ਹੈ ਛੋਟਾ ਜਿਹਾ ਦੀਵਾਰ ਟੱਪ ਕੇ ਤੁਸੀਂ ਅੰਦਰ ਜਾ ਸਕਦੇ ਹੋ ਤੇ ਗਰੇਵਿਆਰਡ ਦੇਖ ਸਕਦੇ ਹੋ ਕਾਫੀ ਪੁਰਾਣੀਆਂ ਇੱਥੇ ਕਬਰਾਂ ਨੇ ਜਿਹੜੀਆਂ ਬ੍ਰਿਟਿਸ਼ਸ ਦੀਆਂ ਨੇ ਜਿਹੜੇ ਗੋਰੇ ਉਸ ਟਾਈਮ ਸਾਡੇ ਦੇਸ਼ ਤੇ ਰਾਜ ਕਰ ਰਹੇ ਸੀ ਮੋਸਟਲੀ ਉਹਨਾਂ ਦੀਆਂ ਕਬਰਾਂ ਨੇ ਤੇ ਇੱਕ ਜਿਹੜੀ ਇੱਥੇ ਕਬਰ ਸਭ ਤੋਂ ਵੱਡਾ ਅਟਰੈਕਸ਼ਨ ਐਸ ਗ੍ਰੇਵਯਾਰਡ ਦਾ ਉਹ ਐ ਮੇਮ ਦੀ ਕਬਰ ਕਿਹਾ ਜਾਂਦਾ ਹੈ ਕਿ ਇੱਕ ਗੋਰੇ ਅਫਸਰ ਦੀ ਘਰ ਵਾਲੀ ਸੀ ਮੈਰੀ ਤੇ ਉਹਨਾਂ ਦੋਹਾਂ ਨੂੰ ਡਗਸ਼ਈ ਨਾਲ ਪਿਆਰ ਹੋ ਗਿਆ ਸੀ ਉਹ ਡਗਛਾਈ ਛੱਡ ਕੇ ਕਿਤੇ ਜਾਣਾ ਨਹੀਂ ਸੀ ਚਾਹੁੰਦੇ ਤੇ ਜਦੋਂ ਮੈਰੀ ਪ੍ਰੈਗਨੈਂਟ ਹੋਈ ਤਾਂ ਡਾਕਟਰ ਨੇ ਸਲਾਹ ਦਿੱਤੀ ਕਿ ਇੱਥੇ ਸਹੂਲਤਾਂ ਦੀ ਘਾਟ ਹੈ ਤੁਸੀਂ ਕਿਸੇ ਹੋਰ ਜਗ੍ਹਾ ਚਲੇ ਜਾਓ ਪਰ ਉਹ ਦੋਨੋਂ ਇੱਥੋਂ ਜਾਣ ਲਈ ਨਹੀਂ ਮੰਨੇ ਤੇ ਗੁਦਰਤੀ ਅਣਹੋਣੀ ਐਸੀ ਵਾਪਰੀ ਕਿ ਮੈਰੀ ਤੇ ਉਸਦੇ ਬੱਚੇ ਦੀ ਡੈਥ ਹੋ ਗਈ ਤੇ ਡੈਥ ਤੋਂ ਬਾਅਦ ਉਹਨਾਂ ਨੂੰ ਇੱਥੇ ਦਫਨਾਇਆ ਗਿਆ ਤੇ ਕੁਝ ਸਮੇਂ ਬਾਅਦ ਐਸੀ ਇੱਕ ਅਫਵਾਹ ਫੈਲੀ ਕਿ ਜਿਹਦੇ ਘਰ ਬੱਚਾ ਨਹੀਂ ਹੁੰਦਾ ਤੇ ਉਹ ਮੈਰੀ ਦੀ ਕਦਰ ਜਿਹੜੀ ਕਬਰ ਹੈ ਉਹ ਚੋਂ ਛੋਟਾ ਜਿਹਾ ਟੁਕੜਾ ਪੱਟ ਕੇ ਲਿਆ ਜਾਵੇ ਤਾਂ ਉਹਨਾਂ ਘਰ ਬੱਚਾ ਹੋ ਜਾਵੇਗਾ ਤੇ ਲੋਕਾਂ ਨੇ ਉਹ ਕਬਰ ਅੰਧਵਿਸ਼ਵਾਸ ਦੇ ਮਾਰੇ ਨੇ ਸਾਰੀ ਪੱਟ ਕੇ ਤਬਾਹ ਕਰ ਦਿੱਤੀ ਤੇ ਹੁਣ ਗਵਰਨਮੈਂਟ ਨੇ ਦੁਆਰਾ ਉਹ ਕਬਰ ਤਿਆਰ ਕੀਤੀ ਹੈ ਤੇ ਉਹਨੂੰ ਇੱਕ ਜੰਗਲੇ ਦੇ ਵਿੱਚ ਬੰਦ ਕੀਤਾ ਹੋਇਆ ਹੈ ਤਾਂ ਕਿ ਲੋਕ ਦੁਬਾਰਾ ਮਾੜੀ ਹਰਕਤ ਨਾ ਕਰ ਸਕਣ ਸੋ ਕਾਫੀ ਸਕੇਰੀ ਜਿਹਾ ਇੱਥੇ ਡਕਸ਼ਈ ਦਾ ਮਾਹੌਲ ਹੈ ਕਾਫੀ ਵਾਕੀ ਡਰ ਲੱਗਦਾ ਸ਼ਾਮ ਵੇਲੇ ਤਾਂ ਤੇ ਹੁਣ ਆਪਾਂ ਚੱਲਾਂਗੇ ਕਸੋਲੀ ਵੱਲ ਨੂੰ ਤੇ ਨੈਕਸਟ ਬਲੌਗ ਦੇ ਵਿੱਚ ਮਿਲਾਂਗੇ ਕਸੋਲੀ